आपदा से बिल्कुल वहाँ थके हुए हैं, जिनको वहाँ पानी नहीं मिल रहा, लंगर नहीं मिल रहा, वो सारी चीज़ें यहाँ से दिल्ली सिख गुरुद्वारा प्रबंधक कमेटी पहुँचा रही है। आगे की हमारी पूरी कोशिश है कि दिल्ली सिख गुरुद्वारा प्रबंधक कमेटी और हमारी जो एनजीओ है आशा, उसके थ्रू हम वहाँ जब भी दिल्ली गुरुद्वारा कमेटी के प्रधान मनजीत सिंह जी के कहेंगे, हम एक चावल का ट्रक भी जो 3-4 दिन में आने वाला है वो भी हम एनजीओ की तरफ से सर मनजीत सिंह जी के को यहाँ पे गुरुद्वारा कमेटी के हवाले करेंगे। जिहड़ी तकलीफ आई हड़ की वजह करके जिहड़े घरों तो बेघर हो गए हैं, जिन्हों को जो माली नुकसान होया, जिन्हों के कई बंद की जाना गई है, उन्होंने परिवार को राहत पहुँचाने वास्ते दिल्ली सिख गुरुद्वारा प्रबंधक कमेटी ने अपील की और उस मद्देनजर बहुत सारा समान पहले 20 टन माल भेजा सी, फिर 5 टन होर भेजा, उस तरीके लगातार ट्रकों के बीच राहत समगरी जा रही है। और अज जो आशा एनजीओ सर कुलदीप सिंह भोवल चला रहे हैं, वो उन्होंने 1200 डब्बे पानी जो है अज जा रहे। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਦੇ ਪਿਤਾ ਗਿਆਨੀ ਤੀਰਥ ਸਿੰਘ ਅਕਾਲ ਚਲਾਣਾ ਕਰ ਗਏ ਨੇ, ਜਿਨ੍ਹਾਂ ਦੀ ਅੰਤਿਮ ਅਰਦਾਸ 26 ਸਤੰਬਰ ਭਾਈ ਲੱਖੀ ਸ਼ਾਹ ਬੰਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਹੋਵੇਗੀ। ਗਿਆਨੀ ਤੀਰਥ ਸਿੰਘ ਦੇ ਅਕਾਲ ਚਲਾਣੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਵੱਲੋਂ ਧਰਮ ਪ੍ਰਚਾਰ ਲਈ ਕਥਾ ਅਤੇ ਕਿਤਾਬਾਂ ਲਿਖ ਕੇ ਪਾਏ ਗਏ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ। ਸ਼ਾਹਪੁਰਾ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਮੌਕੇ ਗਿਆਨੀ ਤੀਰਥ ਸਿੰਘ ਜੀ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ, ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਮੌਜੂਦ ਸਨ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਉਹਨਾਂ ਦੇ ਚਲਾਏ ਪੂਰਨਿਆਂ 'ਤੇ ਇਹਨਾਂ ਦੇ ਬੇਟੇ ਡਾਕਟਰ ਜਸਪਾਲ ਸਿੰਘ ਜੀ ਜੋ ਵਾਈਸ ਚਾਂਸਲਰ ਹਨ ਪਟਿਆਲਾ ਯੂਨੀਵਰਸਿਟੀ ਦੇ, ਅਤੇ ਹੋਰ ਉਹਨਾਂ ਦੇ ਬੱਚੇ ਜੋ ਹਮੇਸ਼ਾ ਪੰਥ ਲਈ ਦੇਸ਼ ਲਈ ਸੇਵਾ ਕੀਤੀ ਉਹਨਾਂ ਨੇ, ਅੱਜ ਅਸੀਂ ਗਿਆਨੀ ਤੀਰਥ ਸਿੰਘ ਦੇ ਜੋ ਅਸਮਿਕ ਜੋ ਇੱਥੇ ਅੱਜ ਸ਼ਮਸ਼ਾਨ ਘਾਟ 'ਤੇ ਉਹਨਾਂ ਦਾ ਦਾਹ ਸੰਸਕਾਰ ਹੋਇਆ, ਅਸੀਂ ਸੱਚੇ ਪਾਤਸ਼ਾਹ ਲੱਗੇ ਇਹ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਭਾਣਾ ਮੰਨਣ ਦਾ ਪਿੱਛੇ ਪਰਿਵਾਰ